ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਸਵਾਜ ਫਿਰ ਮੈਂ ਆਪ ਜੀ ਦੇ ਵਿੱਚ ਇੱਕ ਐਸੇ ਵਿਸ਼ੇ ਨਾਲ ਜੁੜਿਆ ਇੱਕ ਰੋਗ ਹੈ ਨਕਸੀਰ ਨੱਕ ਦੇ ਵਿੱਚੋਂ ਖੂਨ ਆਉਣਾ ਇੱਕਦਮ ਲੱਗ ਜਾਂਦਾ ਹੈ ਇਹਦਾ ਬੜਾ ਸੌਖਾ ਇਲਾਜ ਹੈ ਯਾਰ ਘਰੇ ਕਰ ਲਿਆ ਕਰੋ ਕੋਈ ਗੋਲੀ ਕੋਈ ਟੀਕਾ ਲਖਾਣ ਦੀ ਜਾਂ ਟੀਕਾ ਲਵਾਣ ਦੀ ਲੋੜ ਨਹੀਂ ਨਾਰ ਹਰ ਸਮੇਂ ਤੁਹਾਨੂੰ ਮਿਲ ਜਾਂਦਾ ਹੈ ਨਾਰ ਲੈ ਲਓ ਉਹਦਾ ਰਸ ਕੱਢ ਕੇ ਉਹਨੂੰ ਕੱਪੜੇ ਨਾਲ ਛਾਣ ਕੇ ਚਾਰ ਬੂੰਦਾ ਇਧਰ ਪਾ ਦਿਓ ਚਾਰ ਇਧਰ ਬਿਲਕੁਲ ਨਾਲ ਦੀ ਨਾਲ ਨਕਸੀਰ ਬੰਦ ਗਰੰਟੀ ਹੈ ਮੇਰੀ ਇਸ ਚੀਜ਼ ਦੀ ਆਪ ਜੀ ਆਪ ਕਰੋ ਹੋਰਾਂ ਨੂੰ ਅੱਗੇ ਦੱਸੋ ਹਰ ਐਤਵਾਰ ਨੂੰ ਮੈਂ ਪਿੰਡ ਡਸਕੇ ਚ ਮਿਲਦਾ ਜਿਨ੍ਹਾਂ ਨੇ ਮਿਲਣਾ ਹੋਵੇ ਉਹ ਮਿਲ ਸਕਦੇ ਹਾਂ ਹਰ ਕ ਰੋਗ ਦਾ ਨਵਜ ਦੇਖ ਕੇ ਤੁਹਾਡਾ ਇਲਾਜ ਕੀਤਾ ਜਾਂਦਾ ਜੜ ਤੋਂ ਆਪ ਜੀ ਮਿਲ ਕੇ ਇਲਾਜ ਕਰਵਾ ਸਕਦੇ ਹੋ ਜਿਨ੍ਹਾਂ ਨੇ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਸੋ ਕੈਂਪ ਲਵਾਉਣੇ ਹੁਣ ਦੇਸੀ ਜੜੀ ਬੂਟੀਆਂ ਦੇ ਜਾਣਕਾਰੀ ਵਾਸਤੇ ਲੋਕਾਂ ਨੂੰ ਰੋਗਾਂ ਤੋਂ ਮੁਕਤ ਕਰਾਉਣ ਵਾਸਤੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਆਪਾਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਪਿੰਡ 'ਚ ਸਾਡਾ ਕੈਂਪ ਵੀ ਤੁਸੀਂ ਲਵਾ ਸਕਦੇ ਹੋ ਸੋ ਬਸ ਦੇਸੀ ਜੜੀ ਬੂਟੀਆਂ ਨਾਲ ਜੁੜੋ ਕੁਦਰਤ ਨਾਲ ਜੁੜੋ ਰੱਬ ਨਾਲ ਜੁੜਨਾ ਕੁਦਰਤ ਨਾਲ ਜੁੜਨਾ ਆਓ ਸਾਰੇ ਰਲ ਮਿਲ ਕੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰੀਏ ਸਾਰਿਆਂ ਨੂੰ ਖੁਸ਼ੀ ਸਾਰਿਆਂ ਨੂੰ ਸੁੱਖ ਵੰਡ ਸਕੀਏ ਸਾਰਿਆਂ ਦੇ ਲਈ ਅਸੀਂ ਇੱਕ ਚੰਗੇ ਇਨਸਾਨ ਸਿੱਧ ਹੋ ਸਕੀਏ ਆਓ ਰਲ ਮਿਲ ਕੇ ਆਪਾਂ ਸਾਰੇ ਵੱਧ ਤੋਂ ਵੱਧ ਬੂਟੇ ਲਗਾਈਏ ਦਰਖਤ ਲਗਾਈਏ ਉਹਨਾਂ ਦੀ ਸੇਵਾ ਕਰੀਏ ਉਹਨਾਂ ਦੀ ਦੇਖਰੇਖ ਵੀ ਕਰੀਏ ਉਹਨਾਂ ਦੀ ਪਾਲਣ ਪੋਸ਼ਣ ਵੀ ਕਰੀਏ ਸਵਦੇਸ਼ਾਂ ਦੇ ਵਿੱਚ ਰਹਿਣ ਵਾਲੇ ਸਾਰੇ ਸਾਡੇ ਵੀਰਾਂ ਦਾ ਸਾਰੀਆਂ ਸਾਡੀਆਂ ਕਮੇਟੀਆਂ ਸਾਰੇ ਸਾਡੇ ਕਲੱਬਾਂ ਦਾ ਧੰਨਵਾਦ ਜਿਹੜੇ ਵੱਧ ਤੋਂ ਵੱਧ ਸੰਯੋਗ ਕਰ ਰਹੇ ਨੇ ਸੰਯੋਗ ਭੇਜ ਰਹੇ ਨੇ ਜਿਹੜੇ ਵੱਧ ਤੋਂ ਵੱਧ ਪਿਆਰ ਕਰ ਰਹੇ ਨੇ ਸਪੌਂਸਰਾਂ ਭੇਜ ਰਹੇ ਨੇ ਉਹਨਾਂ ਸਾਰਿਆਂ ਦੇ ਧੰਨਵਾਦ ਆ ਇੱਥੇ ਇੰਡੀਆ ਦੇ ਵਿੱਚ ਵੀ ਬਹੁਤ ਕਲੱਬ ਬਹੁਤ ਕਮੇਟੀਆਂ ਕਈ ਤੇ ਇਕੱਲਾ-ਇਕੱਲਾ ਐਸੇ-ਐਸੇ ਇਨਸਾਨ ਨੇ ਜਿਨ੍ਹਾਂ ਨੇ ਹਜ਼ਾਰਾਂ ਮਰੀਜ਼ਾਂ ਨੂੰ ਦਵਾਈਆਂ ਵੰਡ ਰਹੇ ਨੇ ਹਜ਼ਾਰਾਂ ਬੰਦਿਆਂ ਦੀ ਸੇਵਾ ਕਰ ਰਹੇ ਨੇ ਸਾਡਾ ਮਿਸ਼ਨ ਨੂੰ ਲੈ ਕੇ ਚੱਲ ਰਹੇ ਨੇ ਸੋ ਇਹ ਮਿਸ਼ਨ ਬੜਾ ਕਾਮਯਾਬ ਹੁੰਦਾ ਜਾ ਰਿਹਾ ਗੁਰੂ ਰਾਮਦਾਸ ਦੇਸੀ દવાਖਾਨੇ ਦਾ ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਵਿੱਚ ਵਰਤ ਕੇ ਆਪ ਇਹ ਸਾਰਾ ਕਾਰਜ ਕਰ ਰਹੇ ਨੇ ਚਿੱਤਾਂ ਕਾਰਜ ਤੇ ਨਹੀਂ ਕੀਆ ਮਨਸ ਕਿਆ ਵਿਚਾਰ ਆ ਰਾਮ ਉਹ ਮਾਲਕ ਖੁਦ ਸਾਰੇ ਕਾਰਜ ਆਪ ਆਸ ਕਰਦਾ ਹੈ ਆਓ ਸਾਰਿਆਂ ਦੇ ਵਿੱਚੋਂ ਗੁਰੂ ਰਾਮਦਾਸ ਵਰਤ ਕੇ ਸਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਜੀ ਆਓ ਉਦਮ ਕਰੋ ਮਿਹਨਤ ਕਰੋ ਉਪਰਾਲੇ ਕਰੋ ਆਪਣੇ ਅਲਾਜ ਆਪ ਕਰੋ ਕੁਦਰਤ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ